ਰਿਹਾ ਤੁਸੀਂ ਅੱਜ ਕੈਂਡਲ ਮਾਰਚ ਨੂੰ ਕਰਨ ਜਾ ਰਹੇ ਅੱਜ ਦਾ ਕੈਂਡਲ ਮਾਰਚ ਮਥੁਰਾ ਨਗਰ ਵੈਲਫੇਅਰ ਸੁਸਾਇਟੀ ਔਰ ਇਸ ਦੇ ਨਾਲ ਲੱਗਦੇ ਇਲਾਕਿਆਂ ਨੇ ਉਸ ਦਿਵੰਗਤ ਆਤਮਾ ਮਿਸਟਰ ਸਚਿਨ ਜੈਨ ਦੀ ਆਤਮਿਕ ਸ਼ਾਂਤੀ ਲਈ ਕੱਢਿਆ ਹੈ। ਇਸ ਦਾ ਇੱਕੋ ਹੀ ਮਕਸਦ ਆ ਕਿ ਉਸ ਪਿਛੜੀ ਆਤਮਾ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਹੋਵੇ ਅਤੇ ਤਾਂ ਕਿ ਆਪਾਂ ਕੁਛ ਨਹੀਂ ਕਰ ਸਕਦੇ ਜੋ ਚਲਾ ਗਿਆ, ਬਸ ਜੋ ਉਹਦੇ ਨਾਲ ਬੀਤਿਆ ਉਹਦੇ ਲਈ ਜੋ ਹਸਪਤਾਲਾਂ ਦਾ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਦੀ ਨੈਗਲੀਜੈਂਸੀ ਉਹਨੂੰ ਹਾਈਲਾਈਟ ਕਰਦੇ ਹੋਏ ਅਸੀਂ ਉਸ ਪਰਿਵਾਰ ਦੇ ਨਾਲ ਖੜ੍ਹੇ ਹਾਂ। ਅਸੀਂ ਸਾਡਾ ਇੱਕੋ ਹੀ ਮਕਸਦ ਹੈ ਕਿ ਅੱਗੇ ਤੋਂ ਕਿਸੇ ਕਿਸਮ ਦਾ ਵੀ ਇਸ ਤਰ੍ਹਾਂ ਦਾ ਕੋਈ ਵਾਪਰਦਾ ਆ ਘਟਨਾ ਵਾਪਰਦੀ ਆ, ਕਿਉਂਕਿ ਦੁਨੀਆਂ ਨੇ ਆਪਣਾ ਕੰਮ ਕਰਨਾ, ਜਿਹੜਾ ਨੇ ਸਨੈਚਰ ਆ ਉਹਨਾਂ ਨੇ ਆਪਣਾ ਕੰਮ ਕਰਨਾ, ਪਰ ਪ੍ਰਸ਼ਾਸਨ ਜਿਹੜਾ ਹੈ ਉਹ ਆਖਿਰ 'ਚ ਕਿੱਥੇ ਆਪਾਂ ਨੂੰ ਜਾਣਾ ਪੈਂਦਾ, ਅਗਰ ਸੱਟ ਚੋਟ ਲੱਗ ਜਾਂਦੀ ਆ ਹੋਸਪਿਟਲਾਂ ਵਿੱਚ ਜਾਣਾ ਪੈਂਦਾ। ਹੋਸਪਿਟਲ ਵੇਲੇ ਡਾਕਟਰ ਜਿਹੜੇ ਨੇ ਅਸੀਂ ਉਹਨੂੰ ਪਰਮਾਤਮਾ ਦਾ ਰੂਪ ਕਹਿੰਦੇ ਹਾਂ, ਪਰ ਜਿਸ ਤਰ੍ਹਾਂ ਦਾ ਵਿਵਹਾਰ ਉਸ ਸਚਿਨ ਜੈਨ ਨਾਲ ਹੋਇਆ ਕਿ ਇੱਕ ਹੋਸਪਿਟਲ ਨਹੀਂ ਪੰਜ ਹੋਸਪਿਟਲਾਂ ਦੇ ਜਿਹੜੇ ਉੱਥੋਂ ਦੇ ਪ੍ਰਸ਼ਾਸਨ ਸੀ, ਉੱਥੇ ਐਡਮਿਨਿਸਟ੍ਰੇਸ਼ਨ ਸੀ, ਡਾਕਟਰ ਜੀ ਸੀ, ਉਹਨਾਂ ਨੇ ਜੋ ਰਵੱਈਆ ਉਹਦੇ ਪ੍ਰਤੀ ਦਿਖਾਇਆ ਸਾਨੂੰ ਬਿਲਕੁਲ ਝੰਜੋੜ ਕੇ ਰੱਖ ਦਿੱਤਾ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੀ ਮੌਤ ਦਾ ਕਾਰਨ ਉਹ ਖੁਦ ਡਾਕਟਰਸ ਬਣੇ ਨੇ ਜਿਹੜੇ ਪਰਮਾਤਮਾ ਦਾ ਰੂਪ ਨੇ, ਲੇਕਿਨ ਉਹਨਾਂ ਨੇ ਉਹ ਡਿਊਟੀ ਨਹੀਂ ਨਿਭਾਈ ਜੋ ਉਹਨਾਂ ਨੂੰ ਦਿੱਤੀ ਗਈ ਸੀ। ਅਸੀਂ ਇੱਕੋ ਹੀ ਅਪੀਲ ਕਰਦੇ ਹਾਂ ਸਭ ਨੂੰ ਕਿ ਇਸ ਡਾਕਟਰ ਦੇ ਪ੍ਰੋਫੈਸ਼ਨ ਨੂੰ ਜੋ ਦਾਗ ਲੱਗਿਆ ਹੈ ਇਸ ਨੂੰ ਜੇ ਜੋ ਵੀ ਜ਼ਿੰਮੇਵਾਰ ਹੈ ਉਹਦੇ ਪ੍ਰਤੀ ਕੋਈ ਨਾ ਕੋਈ ਜਵਾਬਦੇਹੀ ਹੋਣੀ ਚਾਹੀਦੀ ਆ, ਅਤੇ ਡਾਕਟਰਾਂ ਨੂੰ ਆਪਣੀ ਡਿਊਟੀ ਜਿਹੜੀ ਆ ਉਹ ਇਮਾਨਦਾਰੀ ਨਾਲ ਨਿਭਾਉਣ। ਇਸ ਕਰਕੇ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਡਾਕਟਰਾਂ ਦੇ ਉਸ ਗਲਤ ਕ੍ਰਿਤਿਆਂ ਨੂੰ ਉਜਾਗਰ ਕਰਨ ਲਈ ਅਸੀਂ ਸਾਰੇ ਇਕਜੁੱਟ ਹੋ ਜਾਈਏ। ਇਸ ਕੰਮ ਲਈ ਅਸੀਂ ਉਸ ਪਰਿਵਾਰ ਦੇ ਨਾਲ ਖੜ੍ਹੇ ਹਾਂ। ਇਹ ਵਾਪਰ ਕਿਸੇ ਨਾਲ ਵੀ ਵਾਪਰ ਸਕਦਾ, ਇਹ ਜੋ ਘਟਨਾ ਵਾਪਰੀ ਆ ਇਹ ਕਿਸੇ ਨਾਲ ਵੀ ਹੋ ਸਕਦੀ ਆ, ਇਹਦੇ ਵਿੱਚ ਕੋਈ ਧਰਮ ਗਰੀਬ ਅਮੀਰ ਦਾ ਸਵਾਲ ਨਹੀਂ। ਸਿਰਫ ਕਿਉਂਕਿ ਡਾਕਟਰਸ ਦਾ ਮੈਸੇਜ ਇਹ ਗਿਆ ਕਿ ਇਹ ਪੈਸੇ ਨਾਲ ਜੁੜਿਆ ਮੁੱਦਾ, ਪੈਸੇ ਕਿਉਂਕਿ ਬਿਨਾਂ ਪੈਸੇ ਤੋਂ ਕਹਿੰਦੇ ਮਾੜੇ ਬੰਦੇ ਦਾ ਹੋਸਪਿਟਲ ਵਿੱਚ ਦਾਖਲ ਹੋਣਾ ਬੜਾ ਮੁਸ਼ਕਲ ਆ, ਕਿਉਂਕਿ ਜੇ ਗੋਲੀ ਲੱਗੀ ਆ ਉਹ ਤਾਂ ਗੋਲੀ ਤਾਂ ਹੀ ਨਿਕਲਣੀ ਹੈ ਜੇ ਡਾਕਟਰ ਕੱਢਣਗੇ, ਡਾਕਟਰ ਨਹੀਂ ਕੱਢਦੇ ਤਾਂ ਪੈਸਾ ਕੀ ਗਰੀਬ ਕੀ ਅਮੀਰ ਕੀ, ਕੋਈ ਵੀ ਉੱਥੇ ਹੋਏਗਾ ਉਹੀ ਹੋਏਗਾ ਜੋ ਸਚਿਨ ਦੇ ਨਾਲ ਹੋਇਆ। ਜਿਹੜਾ ਇਹ ਕੈਂਡਲ ਮਾਰਚ ਹੈ ਕਿੱਥੋਂ ਲੈ ਕੇ ਕਿੱਥੇ ਤੱਕ ਕੱਢਿਆ ਜਾਏਗਾ? ਇਹ ਮਥੁਰਾ ਨਗਰ ਸਟੇਟ ਬੈਂਕ ਤੋਂ ਲੈ ਕੇ ਸੋਢਲ ਚੌਂਕ ਤੱਕ ਇਹ ਸ਼ਾਂਤੀਪੂਰਵ ਪੀਸਫੁੱਲ ਕੈਂਡਲ ਮਾਰਚ ਹੈ। ਇਹ ਸਿਰਫ ਔਰ ਸਿਰਫ ਉਸ ਦਿਵੰਗਤ ਆਤਮਾ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਹੈ।